ਹਰੇਕ ਪਾਰਟੀ ਦੇ ਜਿਹੜੀ ਥੰਮ ਨੇ ਉਹ ਯੰਗ ਹੀ ਨੇ ਜੀ, ਅਤੇ ਯੰਗ ਦੇ ਵਿੱਚ ਤਾਂ ਸਗੋਂ ਜ਼ਿਆਦਾ ਕੁੜਤੇ ਪਜਾਮੇ ਦਾ ਫੈਸ਼ਨ ਚੱਲ ਰਿਹਾ ਵੀ ਹਰੇਕ ਸਾਡੇ ਕੋਲ ਜਿੰਨੇ ਵੀ ਪਾਰਟੀਆਂ ਦੇ ਨੁਮਾਇੰਦੇ ਜਾਂ ਜਿੰਨੇ ਵੀ ਸਾਡੇ ਕੋਲ ਯੰਗ ਲੜਕੇ ਆ ਰਹੇ ਨੇ ਉਹ ਜ਼ਿਆਦਾਤਰ ਬੈਨ ਕੋਲਰ ਹੀ ਕੁੜਤੇ ਬਣਾ ਦਿੱਤੇ। ਇੱਕ ਐਮ ਪੀ ਸਾਹਿਬ ਹੈ ਜੀ ਆਪਣੇ ਬਿੱਟੂ ਜੀ, ਉਹਨਾਂ ਦੇ ਵੀ ਜਿਹੜਾ ਕੱਪੜਾ ਪਾਇਆ ਹੁੰਦਾ ਉਹਨਾਂ ਦੇ ਸਪੈਸ਼ਲ ਔਰਡਰ ਆਉਂਦੇ ਆ ਵੀ ਹਾਰਡ ਕੱਪੜਾ ਚਾਹੀਦਾ, ਔਰ ਜਿਹੜਾ ਉਹਨਾਂ ਦੇ ਕੱਪੜਾ ਪਾਇਆ ਹੁੰਦਾ ਹਾਰਡ ਵਾਲਾ ਉਹਦੀ ਵੀ ਬਹੁਤ ਡਿਮਾਂਡ ਆਉਂਦੀ ਹੈ ਵੀ ਸਾਨੂੰ ਉਸ ਤਰ੍ਹਾਂ ਦਾ ਹੀ ਕੱਪੜਾ ਚਾਹੀਦਾ। ਫੇਮਸ ਕੁੜਤਾ ਪਜਾਮਾ ਜਿਹੜਾ ਜ਼ਿਆਦਾ ਪਾਉਂਦੇ ਜਿੱਦਾਂ ਜੀ ਬੈਂਸ ਸਾਹਿਬ ਕੁੜਤਾ ਪਜਾਮਾ ਕਾਫੀ ਪਾਉਂਦੇ ਆ, ਕਾਫੀ ਪੁਰਾਣੇ ਕਸਟਮਰ ਵੀ ਹੈ। ਦੇਖੋ ਜੀ ਕੁੜਤਾ ਪਜਾਮਾ ਤਾਂ ਹੁਣ ਅੱਗੇ ਹੁੰਦਾ ਸੀ, ਅੱਜ ਤੋਂ 15-20 ਸਾਲ ਪਹਿਲਾਂ ਕਿ ਕੁੜਤਾ ਪਜਾਮਾ ਹਰੇਕ ਬੰਦਾ ਕੋਈ ਨਾਈਟ ਵਾਸਤੇ ਪਾਉਂਦਾ ਸੀਗਾ। ਹੁਣ ਤਾਂ ਤੁਸੀਂ ਅਕਸਰ ਦੇਖ ਰਹੇ ਹੋ ਵੀ ਵਿਆਹ ਸ਼ਾਦੀਆਂ ਦੇ ਵਿੱਚ ਟ੍ਰੈਂਡ ਹੀ ਹੁਣ ਪੈਂਟ ਕੋਟ ਘੱਟ ਹੈ ਜੀ, ਕੁੜਤਾ ਪਜਾਮੇ ਦਾ ਜ਼ਿਆਦਾ ਟ੍ਰੈਂਡ ਹੈ। ਉਹਦੇ ਨਾਲ ਵਧੀਆ ਪ੍ਰਿੰਟ ਵਾਲੀਆਂ ਵਾਸਕਟਾਂ ਜੀ, ਅੱਜ ਕੱਲ੍ਹ ਹਰੇਕ ਫੰਕਸ਼ਨ 'ਤੇ ਕੁੜਤੇ ਪਜਾਮੇ ਨੂੰ ਪਹਿਲ ਦੇ ਆਧਾਰ 'ਤੇ ਤਰਜੀਹ ਦਿੱਤੀ ਜਾਂਦੀ। ਜਿਸ ਤਰ੍ਹਾਂ ਜਿਹੜੇ ਲੀਡਰ ਲੋਕ ਪਸੰਦ ਕਰਦਾ ਜਾਂ ਜਿਹੜੇ ਉਹਨਾਂ ਦੇ ਸਪੋਰਟਰ ਹੁੰਦੇ ਆ ਉਹਨਾਂ ਨੂੰ ਦੇਖ ਕੇ ਕਹਿੰਦੇ ਸਾਨੂੰ ਵੀ ਉਸ ਤਰ੍ਹਾਂ ਦਾ ਹੀ ਕੱਪੜਾ ਚਾਹੀਦਾ, ਉੱਦਾਂ ਦੀ ਹੀ ਫਿਟਿੰਗ ਚਾਹੀਦੀ ਹੈ, ਇਸ ਤਰ੍ਹਾਂ ਦੀ ਡਿਮਾਂਡ ਆਉਂਦੀ ਰਹਿੰਦੀ ਹੈ। ਹਾਂਜੀ ਸਰ, ਕਿਸ ਤਰ੍ਹਾਂ ਦੇ ਜਿਹੜੇ ਸਟਾਈਲਸ ਨੇ ਨਾ ਕਿਹੜੇ ਇੱਥੇ ਅਵੇਲੇਬਲ ਨੇ ਤੁਹਾਡੇ ਕੋਲ? ਜ਼ਿਆਦਾਤਰ ਕੁੜਤੇ ਪਜਾਮੇ ਬੈਨ ਕੋਲਰ ਅਤੇ ਕੋਲਰ ਦੇ ਵਿੱਚ ਚੱਲਦੇ ਨੇ। ਜਿਹੜਾ ਬੈਨ ਕੋਲਰ ਹੁੰਦਾ ਉਹਦਾ ਘੇਰਾ ਚੌਰਸ ਹੁੰਦਾ ਜੀ, ਜਿਹੜਾ ਕੋਲਰ ਵਾਲਾ ਉਹਦਾ ਘੇਰਾ ਗੋਲ ਹੁੰਦਾ ਜੀ, ਅਤੇ ਇਹ ਕੁੜਤੇ ਪਜਾਮੇ ਅੱਜ ਕੱਲ੍ਹ ਜ਼ਿਆਦਾ ਟ੍ਰੈਂਡ ਤਾਂ ਚੱਲ ਰਹੇ ਨੇ ਕਿਉਂਕਿ ਤੁਹਾਨੂੰ ਪਤਾ ਵੀ ਇਲੈਕਸ਼ਨ ਦਾ ਟਾਈਮ ਚੱਲ ਰਿਹਾ ਵਾ ਅਤੇ ਹਰੇਕ ਲੀਡਰ ਕੁੜਤਾ ਪਜਾਮਾ ਪਾ ਕੇ ਆਪਣਾ ਨੂੰ ਬਿਲਕੁਲ ਸੈਟਿਸਫਾਈ ਸਮਝਦਾ ਵਾ, ਅਤੇ ਇੱਕ ਜਿਹੜਾ ਕੁੜਤਾ ਪਜਾਮਾ ਇਹ ਤੁਹਾਨੂੰ ਪਤਾ ਹੀ ਹੈ ਵੀ ਰਾਜਨੀਤੀ ਦੀ ਇੱਕ ਪਛਾਣ ਹੈ ਅਤੇ ਉਹਨਾਂ ਦੀ ਪੋਸ਼ਾਕ ਹੈ। ਕਿਹੜੇ ਟ੍ਰੈਂਡਿੰਗ ਕਿਹੜੇ ਚੱਲ ਰਹੇ ਨੇ, ਲੋਕੀ ਕਿਹੜੇ ਕਿਹਦੀ ਡਿਮਾਂਡ ਜ਼ਿਆਦਾ ਆ ਰਹੀ ਹੈ ਤੁਹਾਡੇ ਕੋਲ? ਜ਼ਿਆਦਾਤਰ ਬੈਨ ਕੋਲਰ ਦੀ ਡਿਮਾਂਡ ਆ ਰਹੀ ਹੈ ਜੀ, ਅਤੇ ਨਾਲ ਉਹਦੇ ਨਾਲ ਜਿਹੜੇ ਅੱਜ ਕੱਲ੍ਹ ਵੂਲਨ ਦੇ ਵਿੱਚ ਵਾਸਕਟ ਚੱਲ ਰਹੀਆਂ ਨੇ, ਹਰੇਕ ਲੀਡਰ ਹਰੇਕ ਕੁੜਤੇ ਆਪਣੇ ਨਾਲ ਵਾਸਕਟਾਂ ਵੀ ਨਾਲ ਸਵਾ ਰਿਹਾ ਜੀ। ਲੀਡਰਸ ਦੇ ਇਲਾਵਾ ਜਿਹੜੇ ਯੰਗਸਟਰਸ ਨੇ, ਯੂਥ ਨੇ, ਉਹ ਵੀ ਆਉਂਦੇ ਨੇ ਤਾਂ ਸਰ ਪੁੱਛਣ ਕਿ ਇੱਦਾਂ ਦਾ ਸਾਨੂੰ ਚਾਹੀਦਾ, ਇੱਦਾਂ ਦਾ ਅਵੇਲੇਬਲ ਹੈਗੇ? ਦੇਖੋ ਜੀ ਤੁਹਾਨੂੰ ਇਹ ਪਤਾ ਵੀ ਹਰੇਕ ਪਾਰਟੀ ਦੇ ਜਿਹੜੀ ਥੰਮ ਨੇ ਉਹ ਯੰਗ ਹੀ ਨੇ ਜੀ, ਅਤੇ ਯੰਗ ਦੇ ਵਿੱਚ ਤਾਂ ਸਗੋਂ ਜ਼ਿਆਦਾ ਕੁੜਤੇ ਪਜਾਮੇ ਦਾ ਫੈਸ਼ਨ ਚੱਲ ਰਿਹਾ ਵੀ ਹਰੇਕ ਸਾਡੇ ਕੋਲ ਜਿੰਨੇ ਵੀ ਪਾਰਟੀਆਂ ਦੇ ਨੁਮਾਇੰਦੇ ਜਾਂ ਜਿੰਨੇ ਵੀ ਸਾਡੇ ਕੋਲ ਯੰਗ ਲੜਕੇ ਆ ਰਹੇ ਨੇ ਉਹ ਜ਼ਿਆਦਾਤਰ ਬੈਨ ਕੋਲਰ ਹੀ ਕੁੜਤੇ ਬਣਾ ਰਹੇ ਨੇ। ਮਤਲਬ ਪਾਰਟੀ ਤੋਂ ਇਲਾਵਾ ਜਿਹੜਾ ਨੋਰਮਲ ਪਬਲਿਕ ਹੈ, ਜਿਹੜਾ ਨੋਰਮਲ ਹਨਾ ਇਨਸਾਨ ਨੋਰਮਲ ਪਬਲਿਕ ਨੇ, ਆਮ ਬੰਦੇ ਨੇ, ਉਹ ਵੀ ਆਉਂਦੇ ਨੇ? ਦੇਖੋ ਜੀ ਕੁੜਤਾ ਪਜਾਮਾ ਤਾਂ ਹੁਣ ਅੱਗੇ ਹੁੰਦਾ ਸੀ, ਅੱਜ ਤੋਂ 15-20 ਸਾਲ ਪਹਿਲਾਂ ਕਿ ਕੁੜਤਾ ਪਜਾਮਾ ਹਰੇਕ ਬੰਦਾ ਕੋਈ ਨਾਈਟ ਵਾਸਤੇ ਸਵਾਉਂਦਾ ਸੀਗਾ। ਹੁਣ ਤਾਂ ਤੁਸੀਂ ਅਕਸਰ ਦੇਖ ਰਹੇ ਹੋ ਵੀ ਵਿਆਹ ਸ਼ਾਦੀਆਂ ਦੇ ਵਿੱਚ ਟ੍ਰੈਂਡ ਹੀ ਹੁਣ ਪੈਂਟ ਕੋਟ ਘੱਟ ਹੈ ਜੀ, ਕੁੜਤਾ ਪਜਾਮੇ ਦਾ ਜ਼ਿਆਦਾ ਟ੍ਰੈਂਡ ਹੈ। ਉਹਦੇ ਨਾਲ ਵਧੀਆ ਪ੍ਰਿੰਟ ਵਾਲੀਆਂ ਵਾਸਕਟਾਂ ਜੀ, ਅੱਜ ਕੱਲ੍ਹ ਹਰੇਕ ਫੰਕਸ਼ਨ 'ਤੇ ਕੁੜਤੇ ਪਜਾਮੇ ਨੂੰ ਪਹਿਲ ਦੇ ਆਧਾਰ 'ਤੇ ਤਰਜੀਹ ਦਿੱਤੀ ਜਾਂਦੀ ਹੈ। ਕਿਹੜਾ ਕਿਹੜਾ ਫੈਬਰਿਕ ਯੂਜ਼ ਕਰਦੇ ਹੋ ਜਿਹੜੇ ਆਮ ਬੰਦਿਆਂ ਲਈ, ਹਨਾ ਜਿਹੜੇ ਕਹਿੰਦੇ ਕਿ ਕੋਈ ਵੀ ਦੱਸ ਦਿਓ, ਕਿਹੜੇ ਤੁਹਾਡੇ ਬੈਸਟ 5 ਫੈਬਰਿਕ ਅਗਰ ਤੁਸੀਂ ਦੱਸਣੇ ਹੋਣ ਕਿਹੜੇ ਹੋਣ? ਦੇਖੋ ਜੀ ਜਿਹੜੇ ਜ਼ਿਆਦਾਤਰ ਫੈਬਰਿਕ ਅੱਜ ਕੱਲ੍ਹ ਰਾਜਨੀਤੀ ਵਿੱਚ ਤਾਂ ਉਹਦੇ ਵਿੱਚ ਤਾਂ ਜਿਹੜਾ ਆਪਣਾ ਸਟਾਰ ਵਾਲਾ ਕੱਪੜਾ ਚੱਲ ਰਿਹਾ ਜੀ, ਜਿਹਨੂੰ ਆਪਣਾ ਆਕੜਿਆ ਕੱਪੜਾ ਕਹਿੰਦੇ ਹਾਂ ਜੀ, ਉਹ ਚੱਲ ਰਿਹਾ। ਵੈਸੇ ਜਿਹੜਾ ਨੋਰਮਲੀ ਹੈ ਲੀਲਨ ਕੋਟਨ ਅਤੇ ਲੀਲਨ ਚੱਲ ਰਹੀ ਹੈ। ਅਤੇ ਹੁਣ ਜਿਵੇਂ ਲੀਡਰਸ ਆਉਂਦੇ ਨੇ ਹਨਾ, ਉਹਨਾਂ ਦੇ ਜਿਵੇਂ ਆਪਾਂ ਕਹਿੰਦੇ ਹਾਂ ਕਿ ਸਪੋਰਟਰਸ ਹੁੰਦੇ ਨੇ, ਜਿਵੇਂ ਕੋਈ ਨੋਰਮਲ ਬੰਦੇ ਦੀ ਆਪਾਂ ਗੱਲ ਕਰੀਏ, ਕਹਿੰਦੇ ਆਪਾਂ ਸ਼ਾਹਰੁਖ ਖਾਨ ਸਟਾਈਲ ਦਾ ਜਿਹੜਾ ਇਹ ਕੁੜਤਾ ਬਣਵਾਉਣਾ ਹੈ ਨਾ, ਇੱਦਾਂ ਕਿ ਲੋਕ ਹੋਰ ਵੀ ਉਹਨਾਂ ਦੇ ਸਪੋਰਟਰਸ ਵੀ ਆਉਂਦੇ ਨੇ ਕਹਿ ਕਿ ਅਸੀਂ ਇਹ ਵਾਲੇ ਪੋਲੀਟੀਸ਼ੀਅਨ, ਇਹ ਵਾਲੇ ਲੀਡਰ ਦਾ ਵਰਗਾ ਜਿਹੜਾ ਇਹ ਕੁੜਤਾ ਪਜਾਮਾ ਬਣਵਾਉਣਾ, ਆਉਂਦੇ ਨੇ ਲੋਕ? ਅੱਛਾ ਜੀ, ਬਿਲਕੁਲ ਜਿਸ ਤਰ੍ਹਾਂ ਤੁਸੀਂ ਪੁੱਛਿਆ ਇਸ ਤਰ੍ਹਾਂ ਦੀ ਡਿਮਾਂਡ ਆਉਂਦੀ ਹੈ, ਜਿਸ ਤਰ੍ਹਾਂ ਜਿਹੜੇ ਲੀਡਰ ਨੂੰ ਕੋਈ ਪਸੰਦ ਕਰਦਾ ਜਾਂ ਜਿਹੜੇ ਉਹਨਾਂ ਦੇ ਸਪੋਰਟਰ ਹੁੰਦੇ ਆ ਉਹਨਾਂ ਨੂੰ ਦੇਖ ਕੇ ਕਹਿੰਦੇ ਸਾਨੂੰ ਵੀ ਉਸ ਤਰ੍ਹਾਂ ਦਾ ਹੀ ਕੱਪੜਾ ਚਾਹੀਦਾ, ਉੱਦਾਂ ਦੀ ਹੀ ਫਿਟਿੰਗ ਚਾਹੀਦੀ ਹੈ, ਇਸ ਤਰ੍ਹਾਂ ਦੀ ਡਿਮਾਂਡ ਆਉਂਦੀ ਰਹਿੰਦੀ ਹੈ। ਅਗਰ ਆਪਾਂ ਗੱਲ ਕਰੀਏ ਤਾਂ ਕਿਹੜੇ ਲੀਡਰ ਹੈ ਜਿਹਦੇ ਜ਼ਿਆਦਾ ਨਾਮ ਜਿਵੇਂ ਲੋਕੀ ਕਹਿੰਦੇ ਨਾ ਇਹਨਾਂ ਵਰਗਾ ਹੀ ਚਾਹੀਦਾ, ਕਿਹੜੇ ਜਿਹੜੇ ਫੇਮਸ ਕਿਹੜੇ ਹੈ? ਫੇਮਸ ਕੁੜਤਾ ਪਜਾਮਾ ਜਿਹੜਾ ਜ਼ਿਆਦਾ ਪਾਉਂਦੇ ਜਿੱਦਾਂ ਜੀ ਬੈਂਸ ਸਾਹਿਬ ਕੁੜਤਾ ਪਜਾਮਾ ਕਾਫੀ ਪਾਉਂਦੇ ਆ, ਕਾਫੀ ਪੁਰਾਣੇ ਕਸਟਮਰ ਵੀ ਹੈ।
ਔਰ ਥੋੜਾ ਜਿਹਾ ਯੰਗ ਸਟਾਈਲ ਦਾ ਨਾ ਉਦਾਂ ਤਾਂ ਹੈ, ਤੇ ਬਾਕੀ ਲੀਡਰ ਜਿਹੜੇ ਹੋਰ ਵੀ ਲੋਕਲ ਬੇਸ ਤੇ ਹੈਗੇ ਆ, ਆਪਣਾ ਕਰਵਲ ਸਾਹਿਬ ਹੈਗੇ ਆ, ਉਹਨਾਂ ਤੇ ਵੀ ਪਾਇਆ ਹੁੰਦਾ ਕੁੜਤਾ ਪਜਾਮਾ। ਇੱਕ MP ਸਾਹਿਬ ਹੈ ਜੀ ਆਪਣੇ ਬਿੱਟੂ ਜੀ, ਉਹਨਾਂ ਤੇ ਵੀ ਜਿਹੜਾ ਕੱਪੜਾ ਪਾਇਆ ਹੁੰਦਾ ਉਹਨਾਂ ਤੇ ਸਪੈਸ਼ਲ ਆਰਡਰ ਆਉਂਦੇ ਆ ਵੀ ਹਾਰਡ ਕੱਪੜਾ ਚਾਹੀਦਾ, ਔਰ ਉਹ ਜਿਹੜਾ ਉਹਨਾਂ ਦੇ ਕੱਪੜਾ ਪਾਇਆ ਹੁੰਦਾ ਹਾਰਡ ਵਾਲਾ, ਉਹਦੀ ਵੀ ਬਹੁਤ ਡਿਮਾਂਡ ਆਉਂਦੀ ਆ ਵੀ ਸਾਨੂੰ ਉਸ ਤਰ੍ਹਾਂ ਦਾ ਹੀ ਕੱਪੜਾ ਚਾਹੀਦਾ। ਕਿਉਂਕਿ ਜਿਹੜੇ ਬਿੱਟੂ ਜੀ MP ਸਾਹਿਬ ਹੈ ਉਹਨਾਂ ਦਾ ਜਿਹੜਾ ਸਟਾਫ ਆਇਆ ਹੁੰਦਾ ਸਪੈਸ਼ਲ ਇੱਥੇ ਹੀ, ਮਤਲਬ ਸਾਡੇ ਕੋਲ ਹੀ ਬਣਦੇ ਜੀ ਉਹਨਾਂ ਦੀ।